वाहेगुरु जी का खालसा, वाहेगुरु जी की फतेह। आ जिहड़ा तुसीं सारे वीरां भैणां नूं असीं इक अज दुबारा लाइव होए आ काफी दिनां बाद दिखाउणा चाहुंदे आ। अज काफी दिनां बाद इह इक मर चुकी हुई इंसानियत दी इक तस्वीर आ। आ तुसीं जिहड़ा पैर दे विच इक वीर आ साडे कोल, बिंदर नाम दस्सिआ वीर ने इत्थे आ के साडे कोल, ते इस वीर दे पैर दी तस्वीर आ इह। ते इह वीर दे तुसीं हालात देख सकदे हो, पैर दा तकरीबन 90% हिस्सा कीड़े खा चुके आ जी, ते पैर दीआं हड्डियां तक कीड़िया ने खा लिया जी, जिहड़ियां कि ना उंगलां दीआं हड्डियां ते ना अंदरलीआं हड्डियां जिहड़ियां हुंदीआं अद्धी तक विच भरी पई आ कीड़िया नाल। ते आह वीर तुहाडे सामणे बैठा पंजाबी भरा इह, हां जी बाबा जी, की नां तुहाडा? ਕੀ ਨਾਂ ਜੀ? ਮੇਰਾ ਬਿੰਦਰ। ਆ ਤੁਸੀਂ ਦੇਖ ਸਕਦੇ ਹੋ, ਸੁਣ ਸਕਦੇ ਹੋ, ਬਿੰਦਰ ਨਾਂ ਦੱਸਦੇ ਆ ਵੀਰ। ਤੇ ਬਿੰਦਰ ਨਾਂ ਕੋਈ ਇਹ ਤੁਸੀਂ ਦੇਖਦੇ ਹੋ ਵੀ ਕੋਈ ਕੋਈ ਲੇਹ ਲਦਾਖ ਦੇ ਬੰਦਿਆਂ ਦਾ ਨਹੀਂ ਹੁੰਦਾ, ਇਹ ਪੰਜਾਬ ਦੇ ਬੰਦਿਆਂ ਦਾ, ਪੰਜਾਬੀਆਂ ਦਾ ਨਾਂ ਹੀ ਹੁੰਦਾ ਬਿੰਦਰ। ਤੇ ਇਹ ਵੀਰ ਪੰਜਾਬੀ ਆ ਭਰਾ, ਇਹਦੇ ਹਾਲਾਤ ਤੁਸੀਂ ਕੇਸਾਂ ਦੇ ਦੇਖ ਸਕਦੇ ਹੋ, ਦਾੜੀ ਦੇ, ਯਾਨੀ ਕਿ ਮੈਂ ਪਹਿਲਾਂ ਇਹਨਾਂ ਦੇ ਹਾਲਾਤ ਤੋਂ ਤੁਹਾਨੂੰ ਜਾਣੂ ਕਰਾਉਣਾ, ਫਿਰ ਤੁਹਾਨੂੰ ਦੱਸਦੇ ਆ ਬਾਬਾ ਜੀ ਪਹੁੰਚੇ ਸਾਡੇ ਕੋਲੇ ਕਿਵੇਂ। ਯਾਨੀ ਕਿ ਵੀਰ ਦੇ ਹਾਲਾਤ ਦੇਖ ਕੇ ਜੀ ਸਾਡੇ ਕੋਲੇ ਹੁਣ ਤੱਕ ਬਹੁਤ ਮਾੜੀ ਹਾਲਾਤ ਦੇ ਵਿੱਚ ਬੰਦੇ ਪਹੁੰਚੇ ਆ, ਪਰ ਇਦੋਂ ਵੱਧ ਮਾੜੀ ਹਾਲਤ ਦੇ ਵਿੱਚ, ਇੰਨੀ ਮਾੜੀ ਹਾਲਤ ਦੇ ਵਿੱਚ ਨਹੀਂ ਕੋਈ ਪਹੁੰਚਿਆ ਜੀ, ਬਹੁਤ ਹੀ ਮਾੜੀ ਹਾਲਤ ਆ। ਪੈਰ 90% ਖਾ ਚੁੱਕਿਆ ਕੀੜੇ, ਲੱਖਾਂ ਦੀ ਤਾਦਾਦ ਚ ਵਿੱਚ ਕੀੜਿਆਂ ਦਾ ਇੱਕ ਕਹਿ ਦਈਏ ਵੀ ਬੀਜ ਤੁਰਿਆ ਫਿਰਦਾ, ਜਿਹੜਾ ਇਨਸਾਨ ਨੂੰ ਨੀ ਇਨਸਾਨੀਅਤ ਨੂੰ ਖਾ ਰਿਹਾ ਵਾ ਇਸ ਟਾਈਮ। ਤੇ ਅਸੀਂ ਰਾਤ ਦੇ ਤਕਰੀਬਨ 10:30 ਵਜੇ ਆ ਰਾਤ ਨੂੰ ਲਾਈਵ ਹੋਏ ਆ। ਇਹ ਵੀਰਾਂ ਦਾ ਸਾਰਿਆਂ ਦਾ ਉਪਰਾਲਾ ਜਿਹੜੇ ਖੜੇ ਆ, ਦਮਨ ਆ ਵੀਰ। ਵੀਰ ਜੀ ਤੁਹਾਡਾ ਕੀ ਨਾਂ? ਅਰਜਨ ਬਾਈ ਜੀ ਤੁਹਾਡਾ? ਜੀ ਸਤਿਗਿਰੀ ਮਹਾਰਾਜ ਜੀ, ਹਰਪ੍ਰੀਤ ਸਿੰਘ ਬਾਈ ਜੀ, ਹਰਵਿੰਦਰ ਸਿੰਘ ਜੀ, ਤੇ ਇੱਕ ਵੀਰ ਹਾਂਜੀ ਵਿਨੇ ਜੀ। ਤੇ ਇਹ ਵੀਰ ਪਹੁੰਚੇ ਲੈ ਕੇ ਸਾਡੇ ਕੋਲ, ਜਾਣੀ ਕਿ ਜਿਹੜੇ ਬਾਬਾ ਜੀ ਖੜੇ ਨੇ, ਇਹ ਬਾਬਾ ਜੀ ਦੀ ਬਦੌਲਤ ਵੀਰ ਦੱਸਦੇ ਆ ਵੀ ਇੱਥੇ ਵੀਰ ਪਹੁੰਚੇ। ਇਹਨਾਂ ਦੇ ਅੱਖੀ ਲੱਗਦੇ ਸੀ, ਇਹਨਾਂ ਦੇ ਕਹਿਣ ਤੇ ਹੀ ਇਹਨਾਂ ਨੇ ਖਾਧਾ ਪੀਤਾ ਮਾੜਾ ਮੋਟਾ, ਇਹਨਾਂ ਦੇ ਨਾਲ ਗੱਡੀ ਚ ਬੈਠੇ ਆ। ਤੇ ਇਹੀ ਵੀ ਬਾਬਾ ਜੀ ਨੇ ਇਹਨਾਂ ਨੂੰ ਦੱਸਿਆ ਵੀਰਾਂ ਨੂੰ ਵੀ ਇਹ ਪਿਛਲੇ 15 ਦਿਨਾਂ ਤੋਂ ਤਕਰੀਬਨ ਵੀਰ ਉੱਥੇ ਪਿਆ, ਲੁਧਿਆਣਾ ਆਪਣੇ ਜਲੰਧਰ ਰੇਲਵੇ ਸਟੇਸ਼ਨ ਦਾ ਐਗਜ਼ਿਟ ਗੇਟ ਆ ਜਿਹੜਾ ਉਹਦੇ ਤੇ। ਤੇ ਮੈਂ ਇੱਕ ਤੁਹਾਨੂੰ ਸਭ ਤੋਂ ਵੱਡੀ ਜਾਣਕਾਰੀ ਦੇਣੀ ਚਾਹੁੰਦਾ, ਮੈਂ ਉਸ ਭੈਣ ਦਾ ਨਾਂ ਨਹੀਂ ਜਾਣਦਾ, ਤੇ ਇੱਕ ਭੈਣ ਆ ਸਾਡੇ ਕਪੂਰਥਲੇ, ਅੱਜ ਹੁਣ ਰੁਕੇ ਹੋਏ ਕਪੂਰਥਲੇ ਸੀਗੇ ਇਸ ਟਾਈਮ, ਉਹ ਦਿੱਲੀ ਤੋਂ ਆ ਰਹੇ ਸੀ। ਉਹਨਾਂ ਨੇ ਜਲੰਧਰ ਰੇਲਵੇ ਸਟੇਸ਼ਨ ਤੇ ਇਹਨਾਂ ਨੂੰ ਦੇਖਿਆ ਬੈਠਿਆਂ ਨੂੰ, ਅੱਜ ਦੁਪਹਿਰੇ ਸਾਨੂੰ ਉਹਨਾਂ ਨੇ ਸਾਨੂੰ ਕਾਲ ਕਰਕੇ ਦੱਸਿਆ ਵੀ ਇੱਦਾਂ ਇੱਕ ਵੀਰ ਬੈਠਾ ਵੀ ਉਹਦੇ ਪੈਰ ਦੇ ਉੱਤੇ ਬਹੁਤ ਮੱਖੀਆਂ ਬੈਠੀਆਂ, ਬਹੁਤ ਵੱਡਾ ਜ਼ਖਮ ਆ, ਵੀ ਤੁਸੀਂ ਉਹਦੀ ਹੈਲਪ ਕਰੋ ਪਲੀਜ਼। ਤੇ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਅਸੀਂ ਭੈਣ ਨਾਲ ਗੱਲ ਕੀਤੀ, ਅਸੀਂ ਕਿਹਾ ਤੁਸੀਂ ਫੋਟੋਆਂ ਸਾਨੂੰ ਜੇ ਖਿੱਚ ਕੇ ਮੰਗਵਾ ਸਕਦੇ ਹੋ। ਕਹਿੰਦੇ ਵੀ ਮੈਂ ਉੱਥੋਂ ਜਾ ਚੁੱਕੀਆਂ ਫੋਟੋਆਂ ਵੀ ਅਸੀਂ ਮੰਗਵਾ ਨਹੀਂ ਸਕਦੇ, ਪਰ ਉਹਨਾਂ ਨੇ ਫਿਰ ਵੀ ਕਿਸੇ ਵੀਰ ਨੂੰ ਭੇਜਿਆ, ਜਦ ਤੱਕ ਅਸੀਂ ਵੀ ਜਿਹੜੇ ਸਾਡੇ ਲਿੰਕ ਸੀ ਜਿਵੇਂ ਦਮਨ ਵੀਰ ਆ, ਇਹ ਵਿਨੇ ਜੀ ਆਪਣੇ ਸਾਡੇ ਮਹਿਰਾ ਸਾਹਿਬ ਨੇ, ਅਸ਼ੋਕ ਮਹਿਰਾ ਜੀ, ਉਹ ਅੱਖਾਂ ਦਾ ਜੀਵਨ ਜੋਤੀ ਨਾਂ ਦੀ ਇੱਕ NGO ਚਲਾਉਂਦੇ ਆ ਵੀਰ, ਸਾਡੇ ਨਾਲ ਜੁੜੇ ਆ, ਸਾਡੀ ਸੰਸਥਾ ਦਾ ਬਹੁਤ ਸਾਥ ਦਿੰਦੇ ਆ ਸ਼ੁਰੂ ਤੋਂ ਹੀ ਉਹ। ਉਹਨਾਂ ਨੂੰ ਅਸੀਂ ਫੋਟੋਆਂ ਭੇਜੀਆਂ, ਦੱਸਿਆ ਵੀ ਇੱਦਾਂ ਇੱਕ ਵੀਰ ਉੱਥੇ ਬੈਠਾ ਜਲੰਧਰ ਰੇਲਵੇ ਸਟੇਸ਼ਨ ਤੇ, ਉਹਨਾਂ ਨੇ ਵੀਰ ਨੂੰ ਭੇਜਿਆ ਵਿਨੇ ਨੂੰ, ਏਦਾਂ ਹੀ ਵੀਰ ਅਰਜੁਨ ਵੀ ਏਦਾਂ ਹੀ ਆਇਆ, ਇਹਨੂੰ ਵੀ ਵੀਰ ਨੂੰ ਮੈਂ ਫੋਟੋਆਂ ਭੇਜੀਆਂ। ਤੇ ਯਾਨੀ ਕਿ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਹ ਵੀਰ ਸਾਰੇ ਉੱਥੇ ਇਕੱਠੇ ਹੋ ਕੇ ਜਲੰਧਰ ਸਟੇਸ਼ਨ ਤੇ ਪਹੁੰਚੇ, ਇਹਨਾਂ ਨੇ ਸਾਰਿਆਂ ਨੇ ਉਪਰਾਲਾ ਕੀਤਾ, ਇੱਕ ਹੁਣ ਇਸ ਟੈਂਪੂ ਦੇ ਵਿੱਚ ਬਿਠਾ ਕੇ ਜਿਹੜਾ ਕਿ ਪਿੱਛੇ ਖੜਾ ਵਾ ਤੁਹਾਡੇ, ਤੁਸੀਂ ਦੇਖ ਸਕਦੇ ਹੋ, ਇਹ ਵੀਰ ਨੂੰ ਲੈ ਕੇ ਸਾਡੇ ਕੋਲ ਹੁਣੀ ਸੰਸਥਾ ਤੇ ਪਹੁੰਚੇ ਆ ਵੀਰ ਇਹ। ਅਸੀਂ ਕਾਫੀ ਟਾਈਮ ਤੋਂ ਉਡੀਕ ਕਰੀ ਜਾਂਦੇ ਸੀ ਇਹਨਾਂ ਦੀ, ਪਰ ਜਦੋਂ ਆ ਕੇ ਹਾਲਾਤ ਦੇਖੇ ਤਾਂ ਜਾਣੀ ਕਿ ਬੜਾ ਮਨ ਨੂੰ ਠੇਸ ਪਹੁੰਚੀ ਆ ਜੀ। ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਇਹ ਹਾਲਾਤ ਹੋਏ ਹੋਏ ਆ ਜੀ, ਵੀ ਜਿਵੇਂ ਕੋਈ ਸੀਰੀਆ ਦੀ ਕੋਈ ਜੰਗ ਚੱਲਦੀ ਹੋਵੇ, ਕਿਸੇ ਅਫਗਾਨਿਸਤਾਨ ਦੇ ਵਿੱਚ ਕੋਈ ਮਾਹੌਲ ਖਰਾਬ ਹੋ ਕੇ ਹਟਿਆ ਹੋਵੇ, ਇੱਦਾਂ ਦੇ ਹਾਲਾਤ ਪੰਜਾਬ ਦੇ ਵਿੱਚ ਲੁਧਿਆਣੇ ਵਰਗੇ ਸਟੇਸ਼ਨ, ਜਲੰਧਰ ਵਰਗੇ ਸਟੇਸ਼ਨ, ਅੰਮ੍ਰਿਤਸਰ ਸਾਹਿਬ ਵਰਗੇ ਸਟੇਸ਼ਨਾਂ ਦੇ ਉੱਤੇ ਇੱਦਾਂ ਦੇ ਬੰਦੇ ਬੈਠੇ ਅਕਸਰ ਪਾਏ ਜਾਂਦੇ ਆ। ਇਹ ਵੀਰ ਜਲੰਧਰ ਸ਼ਹਿਰ ਦੇ ਵਿੱਚ ਪਾਇਆ ਗਿਆ, ਜਲੰਧਰ ਸ਼ਹਿਰ ਦਾ ਰੇਲਵੇ ਸਟੇਸ਼ਨ ਦੇ ਐਗਜ਼ਿਟ ਗੇਟ ਦੇ ਉੱਪਰ ਵੀਰ ਬੈਠਾ ਪਿਛਲੇ 15 ਦਿਨਾਂ ਤੋਂ। ਬਾਕੀ ਬਾਬਾ ਜੀ ਤੁਸੀਂ ਕਿੰਨੇ ਦਿਨਾਂ ਤੋਂ ਆਏ ਉੱਥੇ? ਕਿੰਨੇ ਕੁ ਦਿਨਾਂ ਤੋਂ ਛੱਡ ਕੇ ਗਿਆ ਇਹਨਾਂ ਨੂੰ ਵੀ? ਅਚਾਨਕ ਹੀ ਦੇਖਿਆ
ਪਹਿਲਾਂ ਮੰਦਰ ਲੱਗੇ ਵਾਲਮੀਕੀ ਮੰਦਰ ਲੱਗੇ। ਅੱਛਾ ਜੀ। ਉਧਰੋਂ ਫਿਰ ਤੁਹਾਨੂੰ ਆਇਆ ਉੱਥੇ ਬਾਥਰੂਮ ਕਰੀ ਦਾ ਵਾ। ਅੱਛਾ ਉੱਥੇ ਬੈਠੇ ਰਹੇ ਫਿਰ, ਯਾਨੀ ਕਿ ਜਿਹੜੀ ਹਾਲਾਤ ਬੈਠੇ ਸੀ ਇਹ ਉਹ ਬਾਥਰੂਮ ਵਾਲੀ ਜਗ੍ਹਾ ਦੇ ਕੋਲੇ ਬੈਠੇ। ਅੱਛਾ ਉੱਥੇ ਜਗ੍ਹਾ ਤੇ ਤੁਸੀਂ ਉੱਥੇ ਮੰਦਰ ਦੇ ਵਿੱਚੋਂ ਹੈ ਜੀ? ਅੱਛਾ ਤੁਸੀਂ ਨਾਲ ਜਿਹੜਾ ਮੰਦਰ ਆ ਤੁਸੀਂ ਉੱਥੇ ਸੇਵਾ ਕਰਦੇ ਹੋ? ਓਕੇ ਓਕੇ। ਵੈਸੇ ਤੁਸੀਂ ਬੇਸਿਕਲੀ ਪੰਜਾਬ ਤੋਂ ਹੀ ਹੋ, ਯਾਨੀ ਕਿ ਇਹ ਵੀਰ ਦਾ ਬੜਾ ਉਪਰਾਲਾ ਜੀ। ਦੇਖੋ ਸਾਡਾ ਭਰਾ ਯਾਨੀ ਕਿ ਇਹ ਵੀਰ ਨੇ ਏਡਾ ਵੱਡਾ ਉਪਰਾਲਾ ਕੀਤਾ, ਪਿਛਲੇ 15-20 ਦਿਨਾਂ ਤੋਂ ਖਾਣ ਪੀਣ ਦੀ ਅਵਸਥਾ ਵੀ ਵੀਰ ਹੀ ਦਿੰਦਾ ਸੀ ਉਹਨਾਂ ਨੂੰ। ਅੱਜ ਵੀ ਜਦੋਂ ਇਹ ਵੀਰ ਉਹਦੀ ਮਦਦ ਲਈ ਪਹੁੰਚੇ ਉਹ ਨਾਲ ਖੜਾ, ਨਾਲ ਇੱਥੇ ਆਇਆ। ਨਹੀਂ ਅੱਜ ਕੱਲ ਬਾਈ ਜੀ ਕੋਈ ਨੀ ਆਉਂਦਾ, ਇਹ ਵੀਰ ਜਿਹੜੇ ਤੁਸੀਂ ਦੇਖਦੇ ਹੋ ਖੜੇ ਸਾਡੇ ਕੋਲੇ, 6 ਭਰਾ ਵਾ ਇਹ, ਤੇ ਇਹ ਵੀਰ ਨੂੰ ਲੈ ਕੇ ਆਏ ਆ। ਤੇ ਏਦਾਂ ਦੇ ਵੀਰ ਨੂੰ ਚੱਕ ਕੇ ਲਿਆਉਣ ਲਈ ਬੜਾ ਵੱਡਾ ਜਿਗਰਾ ਚਾਹੀਦਾ ਜੀ। ਰਸਤੇ ਦੇ ਵਿੱਚ ਕੁਛ ਵੀ ਹੋ ਸਕਦਾ, ਵੀਰ ਨੂੰ ਕੋਈ ਪ੍ਰੋਬਲਮ ਆ ਜਾਵੇ, ਅਨਨੋਨ ਪਰਸਨ ਆ, ਇਹਦਾ ਪਤਾ ਨੀ। ਨਾਮ ਵੀ ਇਹਨਾਂ ਨੂੰ ਵੀਰ ਤੁਹਾਨੂੰ ਇਹਨਾਂ ਨੇ ਨਾਮ ਦੱਸਿਆ ਸੀ ਕੋਈ? ਵੀਰਾਂ ਨੂੰ ਇਹਨਾਂ ਦਾ ਨਾਮ ਵੀ ਨੀ ਸੀ ਪਤਾ, ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇੱਥੇ ਆ ਕੇ ਹੁਣ ਵੀਰ ਨੇ ਬੋਲਿਆ ਇਹ। ਹੁਣ ਇਹਨਾਂ ਨੇ ਆਪਣਾ ਨਾਮ ਬਿੰਦਰ ਦੱਸਿਆ, ਤੇ ਇਹਨਾਂ ਨੂੰ ਕੋਈ ਜਾਣਕਾਰੀ ਨੀ ਸੀ ਇਹ ਵੀਰ ਕਿੱਥੋਂ ਆਇਆ, ਮੈਂਟਲੀ ਕੰਡੀਸ਼ਨ ਇਹਦੀ ਇੰਨੀ, ਕਿਉਂਕਿ ਜੀ ਇੰਨੇ ਮਾੜੇ ਹਾਲਾਤ ਦੇ ਵਿੱਚ ਬੰਦਾ ਤੁਹਾਡੇ ਸਾਹਮਣੇ ਬੈਠਾ ਤਾਂ ਉਹਦੀ ਮੈਂਟਲੀ ਕੰਡੀਸ਼ਨ ਕਿੱਦਾਂ ਦੀ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਉਹਦੇ ਲੱਖਾਂ ਕੀੜੇ ਉਹਦੇ ਰੇਂਗ ਰਹੇ ਆ ਪੈਰ ਦੇ ਵਿੱਚ। ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਹੱਥ ਬੰਨ ਕੇ ਸਾਡੀ ਸੰਸਥਾ ਵੱਲੋਂ, ਸਾਡੀ ਟੀਮ ਵੱਲੋਂ, ਵੀ ਏਦਾਂ ਦੀ ਹਾਲਾਤ ਦੇ ਵਿੱਚ ਜ਼ਰੂਰ ਬੰਦਿਆਂ ਦਾ ਸਾਥ ਦਿਆ ਕਰੋ। ਇਸ ਤੋਂ ਵੱਧ ਫਿਰ ਇਨਸਾਨੀਅਤ ਨਹੀਂ ਮਰ ਸਕਦੀ। ਜਿਹੜੇ ਬੰਦੇ ਮੂੰਹ ਤੇ ਰੁਮਾਲ ਰੱਖ ਕੇ ਕੋਲ ਦੀ ਲੰਘੇ ਜਾਂਦੇ ਆ ਗੱਡੀਆਂ ਦੇ ਵਿੱਚ ਦੇਖ ਕੇ, ਜਾਂ 10-20 ਰੁਪਏ ਦੇ ਕੇ, ਜਿਵੇਂ ਵੀਰ ਦੱਸਦਾ ਇਹਦੇ ਕੋਲ 10-20-50 ਰੁਪਏ ਖੁੱਲੇ, ਇਹਦੇ ਕੋਲ ਪੈਸੇ ਕਾਫੀ ਦੇ ਜਾਂਦੇ ਆ, ਕੋਈ ਆਪਦਾ ਪੁੰਨ ਕਰਕੇ ਲੋਕ ਚਲੇ ਜਾਂਦੇ ਆ ਵੀ ਸਾਡਾ ਪੁੰਨ ਹੋ ਗਿਆ। ਜਿਵੇਂ ਕਿ ਅਸੀਂ ਅਕਸਰ ਦੱਸਦੇ ਰਹਿੰਦੇ ਹਾਂ ਵੀ ਕੋਈ ਆਪਦੇ ਬੱਚੇ ਨੂੰ ਪੜ੍ਹਾਉਣ ਦਾ, ਕੋਈ ਆਪਦੇ ਬੱਚੇ ਨੂੰ ਬਾਹਰ ਭੇਜਣ ਦਾ, ਕੋਈ ਕਿੱਦਾਂ, ਹਰੇਕ ਬੰਦਾ ਆਪਦੀ ਸੋਚ ਕੇ ਪੁੰਨ ਕਰਦਾ, ਪਰ ਇਹ ਪੁੰਨ ਨਹੀਂ ਹੈਗਾ, ਇਹ ਪਾਪ ਆ ਜੀ। ਇੱਦਾਂ ਦੇ ਬੰਦੇ ਇਸ ਹਾਲਾਤ ਦੇ ਵਿੱਚ ਆਪਣੇ ਪੰਜਾਬ 'ਚ ਜਲੰਧਰ ਵਰਗੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਆ, ਉਹ ਵੀ ਪੰਜਾਬੀ ਬੰਦੇ, ਕਿਸੇ ਟਾਈਮ ਇਹਦਾ ਦਾੜਾ ਦੱਸਦਾ ਵੀਰ ਦਾ ਤੇ ਕੇਸਾਂ ਦੇ ਹਾਲਾਤ ਦੱਸਦਾ, ਕਿਸੇ ਟਾਈਮ ਇਹ ਹੋ ਸਕਦਾ ਗੁਰਸਿੱਖ ਰਿਹਾ ਹੋਵੇ। ਤੇ ਅੱਜ ਹਾਲਾਤ ਵੀਰ ਦੇ ਇਹ ਹੋ ਗਏ ਆ ਵੀ ਇਹ ਵੀਰ ਨੂੰ ਪਛਾਣਨਾ ਵੀ ਔਖਾ ਹੋਇਆ ਪਿਆ ਵੀ ਇਹ ਕੌਣ ਆ। ਤੇ ਇਹ ਇਹਦਾ ਕਸੂਰ ਨਹੀਂ, ਇਹਦੇ ਹਾਲਾਤਾਂ ਦਾ ਕਸੂਰ ਨਹੀਂ, ਆਪਣੀ ਇਨਸਾਨੀਅਤ ਮਰੀ ਹੋਈ ਲੋਕਾਂ ਦੀ ਜਿਹੜੀ ਹੈਗੀ ਉਹਦਾ ਕਸੂਰ ਆ। ਇਸ ਕਰਕੇ ਬੇਨਤੀ ਆ ਵੀਰ ਬਣ ਕੇ ਜ਼ਰੂਰ ਇੱਦਾਂ ਦੇ ਵੀਰਾਂ ਦੀ ਮਦਦ ਜ਼ਰੂਰ ਕਰਿਆ ਕਰੋ ਜਿਵੇਂ ਆ ਵੀਰਾਂ ਨੇ ਕੀਤਾ। 6 ਭਰਾਵਾਂ ਨੇ ਅੱਜ ਪਹੁੰਚੇ ਇੱਥੇ ਲੈ ਕੇ ਰਾਤ ਨੂੰ 10:30 ਸਾਡੇ ਕੋਲ। ਤੇ ਇਹ ਅੱਜ ਤੋਂ 10-15-20 ਦਿਨ ਪਹਿਲਾਂ ਜੇ ਵੀਰ ਦੀ ਮਦਦ ਹੋ ਜਾਂਦੀ ਤਾਂ ਇੰਨੀ ਇਨਸਾਨੀਅਤ ਦੀ ਨਾਲ ਘਾਣ ਨਹੀਂ ਸੀ ਆਉਣਾ ਜਿੰਨਾ ਅੱਜ ਹੋਇਆ। ਤੇ ਅਸੀਂ ਹੱਥ ਜੋੜ ਕੇ ਵਾਰ ਵਾਰ ਬੇਨਤੀ ਕਰਦੇ ਹਾਂ ਜ਼ਰੂਰ ਇੱਦਾਂ ਦੇ ਵੀਰਾਂ ਦੀ ਮਦਦ ਕਰਿਆ ਕਰੋ ਜਿਵੇਂ ਸੱਚੇ ਪਾਤਸ਼ਾਹ ਨੇ ਮਿਹਰ ਕਰੀ ਆ। ਸਾਡਾ ਛੋਟਾ ਭਰਾ ਵੀਰਿੰਦਰ ਗਰੇਵਾਲ ਜਿਹਨੇ ਸਾਡੇ ਨਾਲ ਰਲ ਕੇ ਸੁਪਨਾ ਲਿਆ ਸੀ, ਇਹ ਛੱਡਦੇ ਕੋਈ ਨਾ, ਛੱਡਦੇ ਪੁੱਤ ਕੋਈ, ਤੇ ਵੀ ਉਹਦਾ ਸੁਪਨਾ ਸਾਰਿਆਂ ਨਾਲ ਰਲ ਕੇ ਜਿਹੜਾ ਲਿਆ ਹੋਇਆ ਸੀ ਉਹਨੂੰ ਪੂਰਾ ਕਰ ਰਹੇ ਹਾਂ। ਇੱਦਾਂ ਦੇ ਲਵਾਰਸ ਬੰਦੇ, ਲੋੜਵੰਦ ਬੰਦੇ ਜਿਹੜੇ ਸਭ ਤੋਂ ਕ੍ਰਿਟੀਕਲ ਹਾਲਤ 'ਚ ਪਏ ਅਸੀਂ ਉਹਨਾਂ ਨੂੰ ਚੱਕ ਕੇ ਲੈ ਕੇ ਆਉਂਦੇ ਹਾਂ ਆਪਣੇ ਕੋਲ, ਇੱਥੇ ਰੱਖਦੇ ਹਾਂ। ਖੇਤ ਦੇ ਵਿੱਚ ਆਸ਼ਰਮ ਬਣਾਇਆ ਹੋਇਆ, 40 ਦੇ ਕਰੀਬ ਸਾਡੇ ਕੋਲ ਬੰਦੇ ਰਹਿੰਦੇ ਆ, ਹੁਣ ਤੱਕ 30 ਦੇ ਕਰੀਬ ਬੰਦੇ ਅਸੀਂ ਪਰਿਵਾਰਾਂ 'ਚ ਪਹੁੰਚਾ ਚੁੱਕੇ ਹਾਂ ਜਿਹਨਾਂ ਦੇ ਘਰ ਲੱਭ ਗਿਆ। ਤੇ ਪਰ ਜਾਣੀ ਕਿ ਏਦਾਂ ਨਹੀਂ, ਜਦੋਂ ਮਰੀ ਹੋਈ ਇਨਸਾਨੀਅਤ ਦੀਆਂ ਤਸਵੀਰਾਂ ਦੇਖਦੇ ਹਾਂ ਬੜਾ ਦੁੱਖ ਲੱਗਦਾ ਜੀ। ਪੰਜਾਬ ਨੂੰ ਬੜੀ ਵੱਡੀ ਵਿਰਾਸਤ ਦਿੱਤੀ ਹੈ ਸੱਚੇ ਪਾਤਸ਼ਾਹ ਨੇ, ਬੜੀ ਪੈਸਾ ਸਮਰਾਏਦਾਰ ਲੋਕ ਰਹਿੰਦੇ ਆ, ਪਰ ਹੱਡੀਆਂ 'ਚ ਚੋਂਦਾ ਹੋਇਆ ਪਾਣੀ ਤੁਹਾਨੂੰ ਦੱਸਦਾ ਇਹ ਵੀ ਇਹ ਨਾ ਪੈਸਾ ਨਾ ਸਰਮਾਇਆ ਨਾ ਇਨਸਾਨੀਅਤ ਪੰਜਾਬ ਦੇ ਵਿੱਚ ਖਤਮ ਹੋ ਚੁੱਕੀ ਹੈ ਇਸ ਟਾਈਮ। ਅਸੀਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਵੀ ਸਾਡੇ ਪੰਜਾਬ ਦੇ ਲੋਕਾਂ ਦੀ ਜਿਹੜੀ ਮਰੀ ਹੋਈ ਜ਼ਮੀਰ ਨੂੰ ਲੂਣਾ ਦੇਵੇ ਰੱਬ, ਤੇ ਜਾਗੇ ਉਹ ਜ਼ਮੀਰ ਇੱਦਾਂ ਦੇ ਵੀਰਾਂ ਦੀ ਮਦਦ ਲਈ ਸਾਹਮਣੇ ਆਉਣ। ਸਾਡਾ ਨੰਬਰ 97-800-3000 ਨੰਬਰ ਆ ਜੀ। ਅੱਜ ਸਾਨੂੰ ਇੱਦਾਂ ਦੇ ਨੰਬਰ ਵਗੈਰਾ ਦਿੰਦਿਆਂ ਨੂੰ ਵੀ ਆਪਦੇ ਆਪ 'ਤੇ ਬੜੀ ਉਹ ਹੋ ਰਹੀ ਹੈ, ਸ਼ਰਮ ਆ ਰਹੀ ਹੈ ਵੀ ਅਸੀਂ ਇੱਦਾਂ ਹਾਲਾਤ ਦੇ ਵਿੱਚ ਬੰਦੇ ਨਾਲ ਇੱਦਾਂ ਦੀਆਂ ਗੱਲਾਂ ਕਰ ਰਹੇ ਹਾਂ। ਪਰ ਬੜਾ ਦੁੱਖ ਲੱਗਦਾ ਬਾਈ ਜੀ ਜਦੋਂ ਇੱਦਾਂ ਦੀਆਂ ਚੀਜ਼ਾਂ ਦੇਖਦੇ ਹਾਂ, ਇਹਨਾਂ ਦੇ ਵਿੱਚ ਦੀ ਲੰਘਦੇ ਹਾਂ। ਜ਼ਰੂਰ ਸਾਥ ਦਿਆ ਕਰੋ, ਇੱਦਾਂ ਦੇ ਬੰਦਿਆਂ ਨੂੰ ਇੱਦਾਂ ਮਾਰਨ ਲਈ ਨਾ ਛੱਡੋ। ਵਾਹਿਗੁਰੂ ਜੀ ਕਾ ਖਾਲਸਾ, ਉਹ ਵਾਹਿਗੁਰੂ ਸੱਚੇ ਪਾਤਸ਼ਾਹ। ਤੁਹਾਡੀ ਵੀ ਸੰਸਥਾ ਕਿਵੇਂ?